ਨਮਸਕਾਰ ਖਬਰਾਂ ਦੇ ਇਸ ਬੁਲੇਟਿਨਸ ਤੁਹਾਡਾ ਸਵਾਗਤ ਹੈ ਮੈਂ ਹਾਂ ਗੀਤਾ ਸਖਸੈਨਾ ਪਹਿਲਾ ਪੇਸ਼ ਨਹੀਂ ਚੌਥੀਆ ਖਬਰਾਂ ਗੁਜਰਾਤ ਦੇ ਸੂਰਤ ਵਿੱਚ ਇੱਕ ਵੱਡੇ ਇਮਾਰਤੀ ਕੰਪਲੈਕਸ ਵਿੱਚ ਹੋਈ ਅਗ ਲੱਗਣ ਦੇ ਹਾਦਸੇ ਵਿੱਚ ਕੋਚਿੰਗ ਲੈਣ ਵਾਲੇ 20 ਵਿਦਿਆਰਥੀਆਂ ਦੀ ਮੌਤ ਉਪਰਾਸ਼ਟਪਤੀ ਤੇ ਪ੍ਰਧਾਨ ਮੰਤਰੀ ਨੇ ਘਟਨਾ ਤੇ ਦੁੱਖ ਪ੍ਰਗਟ ਕਰਦਿਆਂ ਮ੍ਰਿਤਕਾਂ ਦੇ ਪਰਿਵਾਰਾਂ ਨਾਲ ਅਫਸੋਸ ਪ੍ਰਗਟ ਕੀਤਾ ਦਿੱਲੀ ਵਿੱਚ ਅਗਲੀ ਸਰਕਾਰ ਦੇ ਗਠਨ ਲਈ ਅੱਜ ਭਾਜਪਾ ਪਾਰਲੀਮੈਂਟਰੀ ਪਾਰਟੀ ਤੇ ਐਨਡੀਏ ਦੇ ਸੰਸਦ ਮੈਂਬਰਾਂ ਦੀਆਂ ਮੀਟਿੰਗਾਂ ਹੋਣਗੀਆਂ। ਕੈਪਟਨ ਅਮਰਿੰਦਰ ਸਿੰਘ ਨੇ ਨਵਜੋਤ ਸਿੰਘ ਸਿੱਧੂ ਦਾ ਮਹਿਕਮਾ ਬਦਲੇ ਜਾਣ ਦਾ ਸੰਕੇਤ ਦਿੱਤਾ ਹੈ। ਭਗਵੰਤ ਮਾਨ ਦਾ ਕਹਿਣਾ ਹੈ ਕਿ ਪੰਜਾਬ ਦੇ ਵੋਟਰਾਂ ਨੇ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਨੂੰ ਆਖਰੀ ਮੌਕਾ ਦਿੱਤਾ ਹੈ। ਖਾਲਿਸਤਾਨ ਕਮਾਂਡੋ ਫੋਰਸ ਦਾ ਪਗੌੜਾ ਅਤਵਾਦੀ ਜਲੰਧਰ ਜ਼ਿਲ੍ਹੇ ਵਿੱਚ ਗ੍ਰਫਤਾਰ ਪੰਜਾਬ ਵਿੱਚ ਅਤਵਾਦ ਨੂੰ ਸੁਰਜੀਤ ਕਰਨ ਸੰਬੰਧੀ ਕੌਮੀ ਜਾਂਚ ਏਜੰਸੀ ਵੱਲੋਂ ਮੁੰਬਈ ਦੀ ਇੱਕ ਅਦਾਲਤ ਵਿੱਚ ਤਿੰਨ ਪਗੌੜਿਆਂ 'ਤੇ ਚਾਰ ਅਤਵਾਦੀਆਂ ਵਿਰੁੱਧ ਦੋਸ਼ ਪੱਤਰ ਦਾਇਰ ਗੁਹਾਟੀ ਵਿੱਚ ਕਰਵਾਏ ਗਏ ਭਾਰਤ ਦੇ ਦੂਜੇ ਓਪਨ ਕਮਾਂਦਰੀ ਮੁੱਕੇਬਾਜ਼ੀ ਟੂਰਨਾਮੈਂਟ ਵਿੱਚ ਭਾਰਤ ਨੇ ਆਖਰੀ ਦਿਨ ਸੋਨੇ ਦੇ 9 ਸਣੇ ਕੁੱਲ 12 ਤਮਗੇ ਜਿੱਤੇ ਤੇ ਹੁਣ ਖਬਰਾਂ ਵਿਸਥਾਰ ਨਾਲ ਗੁਜਰਾਤ ਦੇ ਸੂਰਤ ਸ਼ਹਿਰ ਦੇ ਸਰਦਾਨਾ ਇਲਾਕੇ ਦੇ ਵਿੱਚ ਪੈਂਦੇ ਇੱਕ ਕੰਪਲੈਕਸ 'ਚ ਅੱਗ ਲੱਗਣ ਦੇ ਨਾਲ ਵਾਪਰੇ ਹਾਦਸੇ 'ਚ 20 ਵਿਦਿਆਰਥੀਆਂ ਦੀ ਮੌਤ ਹੋ ਗਈ ਹੈ ਤੇ ਕਈ ਹੋਰ ਸਖਮੀ ਹੋ ਗਏ ਨੇ ਮਰਨ ਵਾਲਿਆਂ ਵਿੱਚ ਜ਼ਿਆਦਾਤਰ ਵਿਦਿਆਰਥੀ ਸਨ ਦੱਸਿਆ ਜਾਂਦਾ ਹੈ ਕਿ ਇਮਾਰਤ ਦੇ ਵਿੱਚ ਅੱਗ ਲੱਗਣ ਦੀ ਘਟਨਾ ਵਾਪਰਣ ਵੇਲੇ ਇੱਥੇ ਡਾਂਸ ਦੀ ਕੋਚਿੰਗ ਕਲਾਸ ਚੱਲ ਰਹੀ ਸੀ ਜਿਸ ਵਿੱਚ ਤਕਰੀਬਨ 50 ਮੁੰਡੇ ਕੁੜੀਆਂ ਹਿੱਸਾ ਲੈ ਰਹੇ ਸਨ ਆਗ ਬਚਾਓ ਦਸਤੇ ਅਤੇ ਸੁਰੱਖਿਆ ਦਸਤਿਆਂ ਵੱਲੋਂ ਬਚਾਅ ਕਾਰਜ ਸ਼ੁਰੂ ਕਰਕੇ ਸਿੱਖਿਆਰਤਿਆਂ ਨੂੰ ਬਚਾਉਣ ਦੇ ਲਈ ਭਰਪੂਰ ਕੋਸ਼ਿਸ਼ਾਂ ਕੀਤੀਆਂ ਗਈਆਂ ਮੁੱਖ ਮੰਤਰੀ ਵਿਜੇ ਰੂਪਾਨੀ ਨੇ ਇਸ ਹਾਸੇ ਦੀ ਜਾਂਚ ਦੇ ਹੁਕਮ ਦਿੱਤੇ ਨੇ ਉਨ੍ਹਾਂ ਸ਼ਹਿਰੀ ਵਿਕਾਸ ਵਿਭਾਗ ਦੇ ਮੁਖ ਸਕੱਤਰ ਮਕੇਸ਼ ਪੂਰੀ ਪਾਸੋਂ 3 ਦਿਨਾਂ ਵਿੱਚ ਜਾਂਚ ਦੀ ਰਿਪੋਰਟ ਮੰਗੀ ਸੁਪਾ ਸਰਕਾਰ ਨੇ ਮ੍ਰਿਤਕ ਬੱਚਿਆਂ ਦੇ ਪਰਿਵਾਰਾਂ ਨੂੰ 4-4 ਲੱਖ ਰੁਪਏ ਦੀ ਨਗਦ ਸਹਾਇਤਾ ਦੇਣ ਦਾ ਐਲਾਨ ਕੀਤਾ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੂਰਤ ਵਿੱਚ ਵਾਪਰੇ ਸਹਾਸੇ ਤੇ ਡੂੰਗਾ ਦੁੱਖ ਪ੍ਰਗਟ ਕੀਤਾ ਹੈ ਮ੍ਰਿਤਕਾਂ ਦੇ ਪਰਿਵਾਰਾਂ ਦੇ ਨਾਲ ਆਪਣੀ ਹਮਦਰਦੀ ਪ੍ਰਗਟਾਉਂਦਿਆਂ ਪ੍ਰਧਾਨ ਮੰਤਰੀ ਨੇ ਗੁਜਰਾਤ ਸਰਕਾਰ ਨੂੰ ਅਗ ਲੱਗਣ ਦੇ ਹਾਦਸੇ ਤੋਂ ਪ੍ਰਭਾਵਿਤ ਨਾਗਰਿਕਾਂ ਦੀ ਹਰ ਸੰਭਵ ਸਹਾਇਤਾ ਕਰਨ ਦੀ ਹਦਾਇਤ ਦਿੱਤੀ। ਕੇਂਦਰ ਵੱਲੋਂ ਨਵੀਂ ਦਿੱਲੀ ਦੇ ਐਮਜ਼ ਦੇ ਨਿਰਦੇਸ਼ਕ ਨੂੰ ਸਾਰੇ ਲੋੜੀਂਦੇ ਪ੍ਰਬੰਧਾਂ ਦੇ ਨਾਲ ਤਿਆਰ ਰਹਿਣ ਦੀ ਹਦਾਇਤ ਦਿੱਤੀ ਗਈ ਹੈ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਕੱਲ੍ਹ ਸ਼ਾਮ ਰਾਸ਼ਟਰਪਤੀ ਰਾਮਨਾਥ ਕੋਵਿੰਦ ਨਾਲ ਮੁਲਾਕਾਤ ਕਰਕੇ ਉਹਨਾਂ ਨੂੰ ਆਪਣਾ ਅਸਤੀਫਾ ਸੌਂਪਿਆ ਜਿਸ ਨੂੰ ਰਾਸ਼ਟਰਪਤੀ ਨੇ ਮਨਜ਼ੂਰ ਕਰਦਿਆਂ ਨਵੀਂ ਸਰਕਾਰ ਦੇ ਗਠਨ ਤੱਕ ਕੰਮ ਕਰਦੇ ਰਹਿਣ ਦੇ ਲਈ ਕਿਹਾ। ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਨਵੀਂ ਦਿੱਲੀ 'ਚ ਹੋਈ ਕੇਂਦਰੀ ਕੈਬਨਿਟ ਦੀ ਮੀਟਿੰਗ 'ਚ ਰਾਸ਼ਟਰਪਤੀ ਨੂੰ 16ਵੀਂ ਲੋਕ ਸਭਾ ਪੰਕਰਨ ਸੰਬੰਧੀ ਇੱਕ ਮਤਾ ਪੇਸ਼ ਕੀਤਾ ਗਿਆ। ਮંત્રી ਪਰਿਸ਼ਦ ਦੇ ਮੈਂਬਰਾਂ ਨੇ ਸਰਕਾਰ ਦੀ ਸੁਚੱਜ ਜੀ ਅਗਵਾਈ ਕੀਤੇ ਜਾਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ ਕੀਤਾ। ਪ੍ਰਧਾਨ ਮੰਤਰੀ ਨੇ ਵੀ ਸਰਕਾਰ ਵਿੱਚ ਮਿਹਨਤ ਨਾਲ ਕੰਮ ਕੀਤੇ ਜਾਣ ਲਈ ਆਪਣੇ ਕੈਬਨਿਟ ਸਹਿਯੋਗੀਆਂ ਦਾ ਦਿਲੋਂ ਧੰਨਵਾਦ ਕੀਤਾ। लोकसभा ਦਾ ਮੌਜੂਦਾ ਕਾਰਜਕਾਲ 3 ਜੂਨ ਨੂੰ ਮੁਕੰਮਲ ਹੋ ਰਿਹਾ ਹੈ ਇਸ ਤੋਂ ਪਹਿਲਾਂ 17ਵੀਂ ਲੋਕਸਭਾ ਦਾ ਗਠਨ ਹੋਣਾ ਜ਼ਰੂਰੀ ਹੈ ਤਿੰਨ ਚੋਰ ਕਮਿਸ਼ਨਰ ਲੋ ਅਗਲੇ 1-2 ਦਿਨਾਂ ਦੌਰਾਨ ਰਾਸ਼ਟਰਪਤੀ ਨੂੰ ਮਿਲ ਕੇ ਲੋਕਸਭਾ ਤੇ ਨਵੇਂ ਚੁਣੇ ਗਏ ਮੈਂਬਰਾਂ ਦੀ ਸੂਚੀ ਸੌਂਪੀ ਜਾਵੇਗੀ ਭਾਜਪਾ ਦੇ ਸੰਸਦ ਮੈਂਬਰ ਅੱਜ ਨਵੀਂ ਦਿੱਲੀ ਵਿੱਚ ਸ਼੍ਰੀ મોદી ਨੂੰ ਆਪਣਾ ਨੇਤਾ ਚੁਣਨ ਦੇ ਲਈ ਮੀਟਿੰਗ ਕਰਨਗੇ ਜਿਸ ਉਪਰੰਤ ਨਰੇਂਦਰ ਮੋਦੀ ਰਾਸ਼ਟਰਪਤੀ ਨੂੰ ਮਿਲ ਕੇ ਨਵੀਂ ਸਰਕਾਰ ਬਣਾਉਣ ਦਾ ਦਾਵਾ ਪੇਸ਼ ਕਰਨਗੇ ਐਨਡੀਆ ਦੇ ਨਵੇਂ ਚੁਣੇ ਗਏ ਸੰਸਦ ਮੈਂਬਰਾਂ ਦੀ ਵੀ ਅੱਜ ਨਵੀਂ ਦਿੱਲੀ ਵਿੱਚ ਮੀਟਿੰਗ ਹੋਵੇਗੀ ਮੀਟਿੰਗ ਦੌਰਾਨ ਨਰੇਂਦਰ ਮੋਦੀ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੱਲ ਨਵੀਂ ਦਿੱਲੀ ਵਿੱਚ ਪਾਰਟੀ ਦੇ ਸੀਨੀਅਰ ਨੇਤਾਵਾਂ ਦੇ ਲਾਲਕ੍ਰਿਸ਼ਨਾ ਐਡਵਾਨੀ ਤੇ ਮੁਰਲੀ ਮਨੋਹਰ ਜੋਸ਼ੀ ਨਾਲ ਮੁਲਾਕਾਤ ਕੀਤੀ ਇਸ ਮੌਕੇ ਤੇ ਪਾਰਟੀ ਦੇ ਕੌਮੀ ਪ੍ਰਧਾਨ ਅਮਿਸ਼ਾ ਵੀ ਉਹਨਾਂ ਦੇ ਨਾਲ ਸਨ ਮੋਦੀ ਨੇ ਐਡਵਾਨੀ ਦੇ ਘਰ ਜਾ ਕੇ ਉਹਨਾਂ ਦੇ ਪੈਰੀ ਹੱਥ ਲਾ ਕੇ ਆਸ਼ੀਰਵਾਦ ਲਿਆ ਬਾਅਦ ਵਿੱਚ ਪ੍ਰਧਾਨ ਮੰਤਰੀ ਤੇ ਪਾਰਟੀ ਪ੍ਰਧਾਨ ਨੇ ਮੁਰਲੀ ਮਨੋਹਰ ਜੋਸ਼ੀ ਦੇ ਘਰ ਜਾ ਕੇ ਉਹਨਾਂ ਤੋਂ ਆਸ਼ੀਰਵਾਦ ਹਾਸਲ ਕੀਤਾ ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਪਾਰਟੀ ਜਿਸ ਸਿਖਰ ਤੇ ਪਹੁੰਚੀ ਹੈ ਉਸ ਵਿੱਚ ਐਡਵਾਨੀ ਤੇ ਜੋਸ਼ੀ ਦਾ ਬਹੁਤ ਵੱਡਾ ਯੋਗਦਾਨ ਹੈ मुलाकात मगरों पत्रकारों के गलबात करते मुरली मनोहर जोशी ने कह कि भारतीय जनता पार्टी के सीनियर नेताओं को तो आशीर्वाद लेने की परंपरा रही है उन्होंने खुशी है कि मोदी ने इस परंपरा को निभाया है बीज लगाया था उसमें एक अच्छा पेड़ भी पैदा किया था अब ये फलदाई पेड़ इन्होंने यहाँ तक पहुँचाया है जो लोगों को फल देगा और हमने यही कहा कि अब इसके फल सारे देश को अच्छे से अच्छे स्वादिष्ट दिलवाना ये भी जिम्मेदारी आपकी बढ़ गई प्रधानमंत्री नरेंद्र मोदी ने कल नवी दिल्ली जिपेंदे प्रधानमंत्री दफ्तर दे अधिकारियों ਤੇ ਕਰਮਚਾਰੀਆਂ ਦੇ ਨਾਲ ਮੁਲਾਕਾਤ ਕਰਕੇ ਉਹਨਾਂ ਦਾ ਧੰਨਵਾਦ ਕੀਤਾ प्रधानमंत्री ਦੇ प्रिंसिपल कतर निरपेंद्र मिश्रा ਅਤੇ कमिशर खास सलाहकार अजीत डोवाल समेत ਹੋਰ ਸੀਨੀਅਰ ਅਧਿਕਾਰੀਆਂ ਨੇ ਮੌਜੂਦਾ ਲੋਕ ਸਭਾ ਚੋਣਾਂ ਦੇ ਵਿੱਚ ਸ਼ਾਨਦਾਰ ਜਿੱਤ ਲਈ नरेंद्र मोदी ਦਾ ਸਵਾਗਤ ਕੀਤਾ प्रधानमंत्री ਨੇ ਪਿਛਲੇ 5 ਸਾਲਾਂ ਦੌਰਾਨ ਪੀਐਮੋ ਦੀ ਯਤਨਾ ਅਤੇ ਸਮਰਪਣ ਭਾਵਨਾ ਦੀ ਸ਼ਲਾਘਾ ਕੀਤੀ ਉਹਨਾਂ ਸਾਰਿਆਂ ਨੂੰ ਲੋਕਾਂ ਦੀਆਂ ਆਸਾਂ ਤੇ ਉਮੰਗਾਂ ਨੂੰ ਪੂਰਾ ਕਰਨ ਚ ਮੁੱਖ ਭੂਮਿਕਾ ਨਿਭਾਉਣ ਦੇ ਲਈ ਹੋਰ ਕਾੜੇ ਯਤਨ ਕਰਨ ਲਈ ਆਪਣੇ ਆਪ ਨੂੰ ਮੂਡ ਸਮਰਪਿਤ ਕਰਨ ਦੀ ਅਪੀਲ ਵੀ ਕੀਤੀ ਮੁੱਖ ਮੰਤਰੀ ਕਪਨਾ ਅਮਰਿੰਦਰ ਸਿੰਘ ਅਤੇ ਕਾਂਗਰਸ ਦੇ ਤੇਜ਼ ਤਰਾਰ ਆਗੂ ਨਵਜੋਤ ਸਿੰਘ ਸਿੱਧੂ ਵਿਚਾਲੇ ਸ਼ਬਦੀ ਜੰਗ ਚੱਲ ਰਹੀ ਹੈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇੱਕ ਵਾਰ ਫੇਰ ਤੋਂ ਸਿੱਧੂ ਦੀ ਬਿਆਨਬਾਜ਼ੀ ਨਾਲ ਸੂਬੇ 'ਚ ਕਾਂਗਰਸ ਦਾ ਅਕਸ ਖਰਾਬ ਹੋਣ ਦੀ ਗੱਲ ਆਖੀਏ ਮੁੱਖ ਮੰਤਰੀ ਵੱਲੋਂ ਜਾਰੀ ਇੱਕ ਬਿਆਨ ਦੇ ਵਿੱਚ ਕਿਹਾ ਗਿਆ ਹੈ ਕਿ ਨਵਜੋਤ ਸਿੰਘ ਸਿੱਧੂ ਦੀ ਗਲਤ ਬਿਆਨੀ ਦਾ ਖਮਿਆਜ਼ਾ ਲੋਕ ਸਭਾ ਚੋਣਾਂ ਦੌਰਾਨ ਬਠਿੰਡਾ ਤੇ ਗੁਰਦਾਸਪੁਰ ਦੀਆਂ ਪਾਰਲੀਮੈਂਟ ਸੀਟਾਂ ਤੇ ਪਾਰਟੀ ਨੂੰ ਚੱਲਣਾ ਪਿਆ ਹੈ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਉਹ ਨਵਜੋਤ ਸਿੰਘ ਸਿੱਧੂ ਨੂੰ ਸਥਾਨਕ ਸਰਕਾਰਾਂ ਬਾਰੇ ਵਿਭਾਗ ਦੀ ਥਾਂ ਤੇ ਕੋਈ ਹੋਰ ਮੰਤਰਾਲਾ ਦੇਣ ਦੀ ਇੱਛਾ ਰੱਖਦੇ ਨੇ ਕਿਉਂਕਿ ਜੋ ਹੁਣ ਤੱਕ ਸਥਾਨਕ ਸਰਕਾਰਾਂ ਵਾਲੇ ਵਿਭਾਗ 'ਚ ਸਿੱਧੂ ਵੱਲੋਂ ਕੀਤੇ ਕੰਮਕਾਰਾਂ ਤੋਂ ਸੁਭੇ ਦੇ ਲੋਕ ਅਤੇ ਉਹਨਾਂ ਦੇ ਮੰਤਰੀ ਮੰਡਲ ਦੇ ਸਹਿਯੋਗੀ ਖੁਸ਼ ਨਹੀਂ ਨੇ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ 'ਚ ਐਨਡੀਏ ਵੱਡੀ ਵੱਡੀ ਜਿੱਤ ਨੂੰ ਪੰਜਾਬ ਦੇ ਵਿੱਚ ਅਕਾਲੀ ਬੀਜੇਪੀ ਗੱਠਜੋੜ ਦੇ ਲਈ ਇੱਕ ਚੰਗਾ ਹੰਗਾਰਾ ਦੱਸਿਆ ਹੈ ਅੰਮ੍ਰਿਤਸਰ ਤੋਂ ਪਾਰਟੀ ਵਰਕਰਾਂ ਅਤੇ ਪੰਜਾਬ ਵਾਸੀਆਂ ਦੇ ਲਈ ਜਾਰੀ ਇੱਕ ਬਿਆਨ ਦੇ ਵਿੱਚ ਸੁਖਬੀਰ ਬਾਦਲ ਨੇ ਕਿਹਾ ਕਿ ਇਸ ਵਾਰ ਦੀਆਂ ਚੋਣਾਂ ਚ ਅਕਾਲੀ ਬੀਜੇਪੀ ਗੱਠਜੋੜ ਨੂੰ 6 ਫੀਸਦੀ ਵਾਧ ਵੋਟਾਂ ਪਈਆਂ ਨੇ ਤੇ ਉਹ ਵਧ ਕੇ 37 ਫੀਸਦੀ ਹੋ ਗਈਆਂ ਨੇ ਉਹਨੇ ਕਿਹਾ ਕਿ ਅਕਾਲੀ ਦਲ ਨੇ ਬਠਿੰਡਾ ਅਤੇ ਫਿਰੋਜ਼ਪੁਰ ਸੀਟਾਂ ਤੋਂ ਵੱਡੇ ਫਰਕ ਨਾਲ ਜਿੱਤ ਦਰਜ ਕੀਤੀ ਹੈ ਸੁਖਬੀਰ ਬਾਦਲ ਨੇ ਕਿਹਾ ਕਿ ਇਸ ਜਿੱਤ ਨੇ ਇਹ ਸਪਸ਼ਟ ਕਰ ਦਿੱਤਾ ਹੈ ਕਿ ਪੰਜਾਬ ਦੇ ਲੋਕ ਅਕਾਲੀ ਦਲ ਦੇ ਨਾਲ ਨੇ ਪਾਰਲੀਮੈਂਟ ਚੋਣਾਂ ਦੇ ਵਿੱਚ ਸੰਗਰੂਰ ਹਲਕੇ ਤੋਂ ਆਪਣੇ ਸੀਟ ਬਰਕਰਾਰ ਰੱਖਣ ਵਾਲੇ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਭਗਵੰਤ ਮਾਨ ਨੇ ਕਿਹਾ ਕਿ ਉਹ ਆਮ ਆਦਮੀ ਪਾਰਟੀ ਦੀ ਵਿਚਾਰਧਾਰਾ ਤੇ ਚੱਲਦੇ ਆ ਸੂਬੇ ਦੇ ਵਿੱਚ ਪਾਰਟੀ ਨੂੰ ਮਜ਼ਬੂਤ ਕਰਨ ਦੇ ਲਈ ਕੰਮ ਕਰਦੇ ਰਹਿਣਗੇ ਭਗਵੰਤ ਮਾਨ ਨੇ ਸੰਗਰੂਰ ਪਾਰਲੀਮੈਂਟ ਹਲਕੇ ਦੇ ਵਿੱਚ ਕਾਂਗਰਸ ਪਾਰਟੀ ਦੇ ਕੇਵਲ ਸਿੰਘ ਢਿੱਲੋਂ ਨੂੰ 1,10,000 ਵੋਟਾਂ ਦੇ ਫਰਕ ਨਾਲ ਹਰਾਇਆ ਸੀ ਭਗਵਾਨਤ ਮਾਨ ਨੇ ਕਿਹਾ ਕਿ 2014 ਦੀਆਂ ਪਾਰਲੀਮੈਂਟ ਚੋਣਾਂ ਵਿੱਚ ਦਿੱਲੀ ਵਿੱਚ ਪਾਰਟੀ ਕੋਈ ਵੀ ਸੀਟ ਨਹੀਂ ਸੀ ਜਿੱਤ ਸਕੀ ਪਰ 2015 ਦੇ ਵਿੱਚ ਹੋਈਆਂ ਦਿੱਲੀ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਪਾਰਟੀ ਨੇ ਸ਼ਾਨਦਾਰ ਜਿੱਤ ਹਾਸਲ ਕੀਤੀ ਸੀ ਮਾਨ ਨੇ ਕਿਹਾ ਕਿ ਉਸੇ ਤਰ੍ਹਾਂ ਆਮ ਆਦਮੀ ਪਾਰਟੀ ਅਗਲੇ ਵਾਰੇ ਦਿੱਲੀ ਵਿੱਚ ਦੁਬਾਰਾ ਸਰਕਾਰ ਬਣਾਏਗੀ ਭਗਵਾਨਤ ਮਾਨ ਨੇ ਕਿਹਾ ਕਿ ਉਹਨਾਂ ਦੇ ਵੋਟਰਾਂ ਨੇ ਹਲਕੇ ਲਈ ਕੀਤੇ ਗਏ ਕੰਮ ਬਦਲੇ ਉਹਨਾਂ ਦੇ ਵਿੱਚ ਦੁਬਾਰਾ ਭਰੋਸਾ ਪ੍ਰਗਟ ਕੀਤਾ ਹੈ ਤੇ ਉਹ ਇਸ ਭਰੋਸੇ ਨੂੰ ਕਾਇਮ ਕਰਦਿਆਂ ਸੰਗਰੂਰ ਦੇ ਵਿਕਾਸ ਦੇ ਲਈ ਸੰਘਰਸ਼ ਕਰਦੇ ਰਹਿਣਗੇ ਕਾਂਗਰਸ ਵੱਲੋਂ 8 ਸੀਟਾਂ ਜਿੱਤੇ ਜਾਣ ਸੰਬੰਧੀ ਪੁੱਛੇ ਗਏ ਸਵਾਲ ਦੇ ਜਵਾਬ ਦੇ ਵਿੱਚ ਭਗਵਾਨ ਮਾਨ ਨੇ ਕਿਹਾ ਕਿ ਦੇਸ਼ ਵਿੱਚ ਕਿਤੇ ਵੀ ਕਾਂਗਰਸ ਦੀ ਲਹਿਰ ਨਹੀਂ ਚੱਲ ਰਹੀ ਤੇ ਪੰਜਾਬ ਸਰਕਾਰ ਨੂੰ ਸਮਝ ਲੈਣਾ ਚਾਹੀਦਾ ਹੈ ਕਿ 2022 ਦੇ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਦੇ ਵੋਟਰਾਂ ਨੇ ਕਾਂਗਰਸ ਪਾਰਟੀ ਨੂੰ ਆਖਰੀ ਮੌਕਾ ਦਿੱਤਾ ਹੈ ਇਸ ਵਰਦੀਆਂ ਪਾਰਲੀਮੈਂਟ ਚੋਣਾਂ ਦੇ ਵਿੱਚ ਕਾਂਗਰਸ ਪਾਰਟੀ ਦੀ ਹਾਰ ਮਗਰੋਂ ਪਾਰਟੀ ਪ੍ਰਧਾਨ ਰਾਹੁਲ ਗਾਂਧੀ ਨੇ ਅੱਜ ਨਵੀਂ ਦਿੱਲੀ ਵਿੱਚ ਕਾਂਗਰਸ ਵਰਕਿੰਗ ਕਮੇਟੀ ਦੀ ਇੱਕ ਮੀਟਿੰਗ ਸੱਦੀ ਹੈ ਪਾਰਟੀ ਸੂਤਰਾਂ ਦਾ ਕਹਿਣਾ ਹੈ ਕਿ ਅੱਜ ਹੋਣ ਵਾਲੀ ਵਰਕਿੰਗ ਕਮੇਟੀ ਦੀ ਮੀਟਿੰਗ ਵਿੱਚ ਲੋਕ ਸਭਾ ਚੋਣਾਂ ਦੇ ਵਿੱਚ ਪਾਰਟੀ ਦੀ ਹਾਰ ਦੇ ਕਾਰਨਾਂ ਉੱਪਰ ਵਿਚਾਰ-ਵਟਾਂਦਰਾ ਕੀਤਾ ਜਾਵੇਗਾ ਕਾਂਗਰਸ ਵਰਕਿੰਗ ਕਮੇਟੀ ਦੀ ਅੱਜ ਹੋਣ ਵਾਲੀ ਬੈਠਕ ਦੇ ਵਿੱਚ ਪਾਰਟੀ ਪ੍ਰਧਾਨ ਰਾਹੁਲ ਗਾਂਧੀ ਯੂਪੀਏ ਦੀ ਚੇਅਰਪਰਸਨ ਸੋਨੀਆ ਗਾਂਧੀ ਤੇ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਤੇ ਵਰਕਿੰਗ ਕਮੇਟੀ ਦੇ ਹੋਰ ਨਾਂ ਮੈਂਬਰਾਂ ਵੱਲੋਂ ਸ਼ਿਰਕ ਕਾਂਗਰਸ ਦੇ ਸ਼ਾਸਨ ਵਾਲੇ ਰਾਜਸਥਾਨ ਦੇ ਵਿੱਚ ਕਾਂਗਰਸ ਪਾਰਟੀ ਆਪਣਾ ਖਾਤਾ ਵੀ ਨਹੀਂ ਖੋਲ ਸਕੀ ਮਾਧ ਪ੍ਰਦੇਸ਼ ਦੇ ਵਿੱਚ ਵੀ ਪਾਰਟੀ ਨੂੰ ਸਿਰਫ ਸਿੰਧਵਾੜਾ ਸੀਟ ਤੋਂ ਜਿੱਤ ਹਾਸਲ ਹੋਈ ਹੈ ਜਦਕਿ ਛੱਤੀਸਗੜ੍ਹ ਦੇ ਵਿੱਚ ਵੀ ਪਾਰਟੀ ਨੂੰ ਸਿਰਫ ਦੋ ਸੀਟਾਂ ਮਿਲੀਆਂ ਨੇ 12 ਸੂਬਿਆਂ ਦੇ ਵਿੱਚ ਪਾਰਟੀ ਤਾਂ ਆਪਣਾ ਖਾਤਾ ਵੀ ਖੋਲ ਨਹੀਂ ਸਕੀ ਸਮਝਿਆ ਜਾਂਦਾ ਹੈ ਕਿ ਇਹਨਾਂ ਸੂਬਿਆਂ ਦੇ ਕਾਂਗਰਸ ਪ੍ਰਧਾਨ ਵਰਕਿੰਗ ਕਮੇਟੀ ਦੀ ਮੀਟਿੰਗ ਦੇ ਵਿੱਚ ਆਪਣਾ ਅਸਤੀਫਾ ਦੇਣ ਦੀ ਪੇਸ਼ਕਸ਼ ਕਰ ਸਕਦੇ ਨੇ ਪੰਜਾਬ ਪੁਲਿਸ ਦੇ ਖੁਫੀਆ ਵਿੰਗ ਨੇ ਖਾਲਿਸਤਾਨ ਕਮਾਂਡੋ ਫੋਰਸ ਦੇ ਨਾਲ ਸੰਬੰਧਿਤ ਇੱਕ ਪਗੋੜੇ ਅੱਤਵਾਦੀ ਨੂੰ ਗ੍ਰਿਫਤਾਰ ਕਰ ਲਿਆ ਹੈ। ਜਲੰਧਰ ਵਿੱਚ ਇਹ ਜਾਣਕਾਰੀ ਦਿੰਦੇ ਆ ਖੁਫੀਆ ਵਿੰਗ ਦੇ ਸਹਾਇਕ ਇੰਸਪੈਕਟਰ ਜਨਰਲ ਹਰਕਮਲਪ੍ਰੀਤ ਸਿੰਘ ਖਾਕਰ ਨੇ ਦੱਸਿਆ ਕਿ ਇੱਕ ਖੁਫੀਆ ਸੂਮਿਲਨ ਤੇ ਖਾਲਿਸਤਾਨ ਕਮਾਂਡੋ ਫੋਰਸ ਦੇ ਕੁਲਵੰਤ ਸਿੰਘ ਉਪਰ ਕਾਂਤਾ ਬਲੈਤੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਖਾਕ ਨੇ ਦੱਸਿਆ ਕਿ ਆਤਵਾਦੀ ਸਮੇਂ ਦੌਰਾਨ ਕੁਲਵੰਤ ਸਿੰਘ ਵਿਰੁੱਧ ਕੋਈ 15 ਮਾਮਲੇ ਦਰਜ ਕੀਤੇ ਗਏ ਸਨ ਤੇ ਉਸ ਨੂੰ ਇਹਨਾਂ ਮਾਮਲਿਆਂ ਦੇ ਵਿੱਚ ਅਦਾਲਤ ਵੱਲੋਂ ਕਈ ਸਾਲ ਪਹਿਲਾਂ ਪਗੋੜਾ ਕਰਾਰ ਦਿੱਤਾ ਗਿਆ ਸੀ ਖਾਕ ਨੇ ਦੱਸਿਆ ਕਿ ਕੁਲਵੰਤ ਸਿੰਘ ਦੇ ਆਪਣੇ ਜਲੰਧਰ ਜ਼ਿਲ੍ਹੇ ਦੇ ਪਿੰਡ ਦੇ ਵਿੱਚ ਮੌਜੂਦ ਹੋਣ ਬਾਰੇ ਸੂਚ ਮਿਲਣ ਤੇ ਇੱਕ ਵਿਸ਼ੇਸ਼ ਟੀਮ ਬਣਾ ਕੇ ਪਿੰਡ ਦੇ ਵਿੱਚ ਛਾਪਾ ਮਾਰਿਆ ਗਿਆ ਜਿਸ ਦੌਰਾਨ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਕੁਲਵੰਤ ਸਿੰਘ ਪੰਜਾਬ ਦੇ ਵਿੱਚ ਆਤਵਾਦੀ ਕਾਰਵਾਈਆਂ ਕਰਨ ਮਗਰੋਂ ਇੰਗਲੈਂਡ ਭੱਜ ਗਿਆ ਸੀ ਤਜੱਸਿਆ ਜਾਂਦਾ ਹੈ ਕਿ 2011 ਦੇ ਵਿੱਚ ਉਹ ਵਤਨਪਰਤਾਇਸੀ ਇਸ ਦੌਰਾਨ ਕੌਮੀ ਜਾਂਚ ਏਜੰਸੀ NIA ਨੇ ਪੰਜਾਬ ਦੇ ਵਿੱਚ ਅੱਤਵਾਦ ਨੂੰ ਸੁਰਜੀਤ ਕਰਨ ਦੇ ਮਾਮਲੇ ਦੇ ਵਿੱਚ ਤਿੰਨ ਪਗੌੜੀਆਂ ਸਨੇ ਚਾਰ ਅੱਤਵਾਦੀਆਂ ਵਿਰੁੱਧ ਮੁੰਬਈ ਦੀ ਇੱਕ ਅਦਾਲਤ ਦੇ ਵਿੱਚ ਦੋਸ਼ ਪੱਤਰ ਆਇਦ ਕੀਤਾ ਹੈ ਚਾਰ ਮੈਂਬਰਾਂ ਦੇ ਇਸ ਅਤਵਾਦੀ ਗਿਰੋਹ ਵੱਲੋਂ ਇਸ ਵੱਲੋਂ ਪੰਜਾਬ ਦੇ ਵਿੱਚ ਅਤਵਾਦ ਨੂੰ ਸੁਰਜੀਤ ਕਰਨ ਦੇ ਲਈ ਸੋਸ਼ਲ ਮੀਡੀਆ ਤੇ ਜਰਨੇਲ ਸਿੰਘ ਪਿੰਡਰਾਵਾਲਾ ਜਗਤਾਰ ਸਿੰਘ ਹਵਾਰਾ ਤੇ ਆਪਰੇਸ਼ਨ ਬਲੂ ਸਟਾਰ ਬਾਰੇ ਵੀਡੀਓ ਤੇ ਤਸਵੀਰਾਂ ਸੋਸ਼ਲ ਮੀਡੀਆ ਤੇ ਪਾਈਆਂ ਜਾਂਦੀਆਂ ਸਨ ਇਸ ਤੋਂ ਇਲਾਵਾ ਉਹਨਾਂ ਵੱਲੋਂ ਭੋਲੇ-ਪਾਲੇ ਸਿੱਖ ਨੌਜਵਾਨਾਂ ਨੂੰ ਖਾਲਿਸਤਾਨ ਲਹਿਦ ਦੇ ਵਿੱਚ ਸ਼ਾਮਿਲ ਹੋਣ ਦੇ ਲਈ ਬੱਬਰ ਖਾਲਸਾ ਇੰਟਰਨੈਸ਼ਨਲ ਨਾਲ ਜੋੜਨ ਦਾ ਕੰਮ ਕੀਤਾ ਜਾਂਦਾ ਸੀ ਇਸ ਮਾਮਲੇ ਦੇ ਵਿੱਚ ਅੰਮ੍ਰਿਤਸਰ ਦਾ ਗੁਰਜੀਤ ਸਿੰਘ ਮੁੱਖ ਸਾਜ਼ਿਸ਼ ਕਾਲਾ ਮੰਨਿਆ ਜਾਂਦਾ ਹੈ ਤੇ ਕੌਮੀ ਜਾਂਚ ਏਜੰਸੀ ਦਾ ਕਹਿਣਾ ਹੈ ਕਿ ਇਸ ਵੇਲੇ ਉਹ ਸਾਈਬਰ ਦੇ ਵਿੱਚ ਕਿਸੇ ਥਾਂ ਰਹਿ ਰਿਹਾ ਹੈ ਭਾਰਤੀ ਹਵਾਈ ਫੌਜ ਨੇ ਥਾਰ ਦੇ ਰੇਗਿਸਤਾਨ ਚ ਦੇਸੀ ਤਕਨੀਕ ਦੇ ਨਾਲ ਬਣੇ ਗਾਈਡਿਡ ਬੰਬ ਦਾ ਸਫਲ ਪ੍ਰੀਖਣ ਕੀਤਾ ਹੈ ਰੱਖਿਆ ਖੋਜ ਅਤੇ ਵਿਕਾਸ ਸੰਗਠਨ ਵੱਲੋਂ ਤਿਆਰ ਕੀਤੇ ਗਏ ਇਸ 5 ਕਿਲੋਗ੍ਰਾਮ ਵਜ਼ਨੀ ਗਾਈਡਿਡ ਬੰਬ ਨੇ 30 ਕਿਲੋਮੀਟਰ ਦੂਰ ਪੈਂਦੇ ਆਪਣੇ ਟੀਚੇ ਤੇ ਸ਼ਹੀਦ ਨਿਸ਼ਾਨਾ ਨਿਸ਼ਾਨਾ ਫੁੰਡਿਆ ਇਸ ਤੋਂ ਪਹਿਲਾਂ ਹਵਾਈ ਫੌਜ ਦੇ ਵੱਲੋਂ ਡੀਆਰਡੀਓ ਦੀ ਮਦਦ ਨਾਲ ਲੜਾਕੂ ਜਹਾਜ਼ ਸੁਖੋਈ ਦੇ ਨਾਲ ਪ੍ਰਮੋਜ਼ ਮਿਜ਼ਾਈਲ ਦਾ ਸਫਲ ਪ੍ਰੀਖਣ ਕੀਤਾ ਗਿਆ ਸੀ ਹਵਾ ਤੋਂ ਜ਼ਮੀਨ ਤੱਕ ਮਾਰ ਕਰਨ ਵਾਲੀ 20 ਟਨ ਵਜ਼ਨ ਦੀ ਇਸ ਮਿਜ਼ਾਈਲ ਦੀ ਮਾਰੂ ਸਮਰੱਥਾ 300 ਕਿਲੋਮੀਟਰ ਬ੍ਰਮੋਜ਼ ਮਿਜ਼ਾਈਲ ਆਵਾਜ਼ ਦੀ ਰਫ਼ਤਾਰ ਤੋਂ ਤਕਰੀਬਨ 3 ਗੁਣਾ ਸਪੀਡ ਦੇ ਨਾਲ ਟੀਚੇ ਨੂੰ ਨਿਸ਼ਾਨਾ ਬਣਾ ਸਕਦੀ ਹੈ ਹਵਾਈ ਫੌਜ ਦੇ ਬੁਲਾਰੇ ਗਰੁੱਪ ਕੈਪਟਨ ਆਨੁਪਮ ਬੈਨਰਜੀ ਨੇ ਕਿਹਾ ਕਿ ਜਹਾਜ਼ ਦੇ ਨਾਲ ਇਸ ਮਿਜ਼ਾਈਲ ਨੂੰ ਆਸਾਨੀ ਦੇ ਨਾਲ ਲਦਿਆ ਜਾ ਸਕਿਆ ਤੇ ਮਿਜ਼ਾਈਲ ਨੇ ਜ਼ਮੀਨ ਤੇ ਰੱਖੇ ਆਪਣੇ ਟੀਚੇ ਨੂੰ ਨਿਸ਼ਾਨਾ ਬਣਾਉਣ ਤੋਂ ਪਹਿਲਾਂ ਲੋੜਿੰਦੇ ਸਹੀ ਰਸਤੇ ਨੂੰ ਫੁੰਡਿਆ ਫੜਿਆ ਬੁਲਾਰੇ ਨੇ ਦੱਸਿਆ ਕਿ ਇਹ ਭਾਰਤੀ ਹਵਾਈ ਫੌਜ ਦੁਨੀਆ ਦੀ ਪਹਿਲੀ ਅਜਿਹੀ ਹਵਾਈ ਫੌਜ ਬਣ ਗਈ ਹੈ ਜਿਸ ਨੇ 22 ਨਵੰਬਰ 2017 ਨੂੰ ਇੱਕ ਸਮੁੰਦਰੀ ਟਿਚੇ ਤੇ ਹਵਾ ਤੋਂ ਮਾਰ ਕਰਨ ਵਾਲੀ ਜ਼ਮੀਨੀ ਪ੍ਰਹਾਰ ਮਿਜ਼ਾਈਲ ਦਾ ਸਫਲਤਾ ਨਾਲ ਪ੍ਰੀਖਣ ਕੀਤਾ ਸੀ ਬੁਲਾਰੇ ਨੇ ਦੱਸਿਆ ਕਿ ਇਸ ਤਰ੍ਹਾਂ ਦੇ ਹਥਿਆਰ ਦਾ ਦੂਜੀ ਵਾਰ ਪ੍ਰੀਖਣ ਕੀਤਾ ਗਿਆ ਜੋ ਪੂਰੀ ਤਰ੍ਹਾਂ ਦੇ ਨਾਲ ਸਫਲ ਰਿਹਾ ਜਹਾਜ਼ ਨੂੰ ਇਸ ਟੈਕਨੋਲੋਜੀ ਯੋਗ ਬਣਾਉਣ ਦੇ ਲਈ ਜਹਾਜ਼ ਦੇ ਮਕੈਨੀਕਲ ਇਲੈਕਟ੍ਰੋਨਿਕਲ ਅਤੇ ਸੌਫਟਵੇਅਰ ਦੇ ਵਿੱਚ ਲੋੜਿੰਦੀਆਂ ਤਬਦੀਲੀਆਂ ਕੀਤੀਆਂ ਗਈਆਂ ਸਨ ਅਮਰੀਕਾ ਤੋਂ ਤੇਲ ਦਰਾਮਦ ਕਰਨ ਵਾਲੇ ਭਾਰਤ ਨੇ 8 ਮੁਲਕਾਂ ਨੂੰ ਦਿੱਤੀਆਂ ਗਈਆਂ ਛੋਟਾਂ ਦੀ ਮਿਆਦ ਖਤਮ ਹੋਣ ਤੇ ਭਾਰਤ ਨੇ ਈਰਾਨ ਤੋਂ ਤੇਲ ਦਰਾਮਦ ਕਰਨਾ ਬੰਦ ਕਰ ਦਿੱਤਾ ਹੈ। ਵਾਸ਼ਿੰਗਟਨ ਦੇ ਵਿਜੀਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਅਮਰੀਕਾ ਦੇ ਵਿਪਾਰਤ ਦੇ ਰਾਜਦੂਤ ਹਰਸ਼ ਵਰਤਨ ਸਿੰਗਲਾ ਨੇ ਦੱਸਿਆ ਕਿ ਈਰਾਨ ਦੇ ਮੁੱਦੇ ਤੇ ਭਾਰਤ ਅਮਰੀਕਾ ਦੀ ਸੰਵੇਦਨਸ਼ੀਲਤਾ ਨੂੰ ਸਮਝਦਾ ਹੈ ਭਾਵੇਂ ਕਿ ਆਪਣੀਆਂ ਊਰਜਾ ਲੋੜਾਂ ਨੂੰ ਪੂਰਾ ਕਰਨ ਦੇ ਲਈ ਭਾਰਤ ਤੇਲ ਦਰਾਮਦ ਕਰਨ ਦੇ ਲਈ ਬਦਲਵੇਂ ਸਰੋਤਾਂ ਦੀ ਤਲਾਸ਼ ਕਰ ਰਿਹਾ ਹੈ ਹਰਸ਼ਵਰਧਨ ਨੇ ਕਿਹਾ ਹੈ ਕਿ ਆਪਣੀਆਂ ਤੇਲ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਦੇ ਲਈ ਭਾਰਤ ਪ੍ਰਮੁੱਖ ਤੌਰ ਤੇ ਪੱਛਮੀ ਏਸ਼ੀਆ ਉੱਪਰ ਵੀ ਨਿਰਭਰ ਰਹਿੰਦਾ ਹੈ ਭਾਰਤ ਨੇ ਆਸ ਪ੍ਰਗਟ ਕੀਤੀ ਹੈ ਕਿ ਅਮਰੀਕਾ ਈਰਾਨ ਪਰਮਾਣੂ ਮੁੱਦੇ ਤੇ ਇਸ ਖੇਤਰ ਦੇ ਵਿੱਚ ਤਣਾਅ ਦੇ ਵਿੱਚ ਹੋਰ ਵਾਧਾ ਨਹੀਂ ਹੋਣ ਦਿੱਤਾ ਜਾਵੇਗਾ ਹਰਸ਼ਵਰਧਨ ਨੇ ਆਸ ਪ੍ਰਗਟ ਕੀਤੀ ਹੈ ਕਿ ਅਮਰੀਕਾ ਵੱਲੋਂ ਈਰਾਨ ਉੱਪਰ ਲਗਾਈਆਂ ਗਈਆਂ ਪਾਬੰਦੀਆਂ ਦੇ ਫਾਲਸੇ ਰੂਪ ਭਾਰਤ ਵੱਲੋਂ ਈਰਾਨ ਦੀ ਚਾਬ ਹਾਰ بندرਗਾ ਨੂੰ ਵਿਕਸਿਤ ਕਰਨ ਦਾ ਕੰਮ ਪ੍ਰਭਾਵਿਤ ਨਹੀਂ ਹੋਵੇਗਾ ਤੇ ਇਹ بندرਗਾ ਖਾਨਾ ਜੰਗੀ ਦੇ ਨਾਲ ਤਬਾਹ ਹੋਏ ਅਫਗਾਨਿਸਤਾਨ ਨੂੰ ਮਨੁੱਖੀ ਸਹਾਇਤਾ ਦੇਣ ਦੇ ਲਈ ਇੱਕ ਜੀਵਨ ਰੇਖਾ ਸਿੱਧ ਹੋਵੇਗੀ ਉਧਰ ਈਰਾਨ ਨੇ ਉਸ ਉੱਪਰ ਤੇਲ ਬਰਾਮਦ ਕਰਨ ਸੰਬੰਧੀ ਅਮਰੀਕਾ ਦੇ ਵੱਲੋਂ ਲਗਾਈਆਂ ਗਈਆਂ ਪਾਬੰਦੀਆਂ ਨੂੰ ਇੱਕ ਵਾਰ ਫਿਰ ਤੋਂ ਕੁਮਾਂਦਰੀ ਨੀਮਾ ਦੇ ਵਿਰੁੱਧ ਤੇ ਗੈਰ ਕਾਨੂੰਨੀ ਕਰਾਰ ਦਿੱਤਾ ਹੈ। ਗੁਹਾਟੀ ਦੇ ਵਿੱਚ ਭਾਰਤ ਦੇ ਦੂਜੇ ਓਪਨ ਕੁਮਾਂਦਰੀ ਮੁਕੇਬਾਰੀ ਟੂਰਨਾਮੈਂਟ ਦੇ ਵਿੱਚ 6 ਵਾਰ ਦੀ ਵਿਸ਼ਵ ਚੈਂਪੀਅਨ ਐਮ ਸੀ ਮੈਰੀਕੋਮ ਅਤੇ ਐ ਵਿਸ਼ਵਤਾਪਾ ਸਮੇਤ 9 ਖਿਡਾਰੀਆਂ ਨੇ 100 ਤਮਗੇ ਜਿੱਤੇ ਨੇ। ਏਸ਼ੀਆਈ ਖੇਡਾਂ ਚ ਸੋਨ ਤਾਮਗਾ ਜੇਤਨ ਵਾਲੇ ਅਮਿਤ ਪੰਗਲ ਨੇ 52 ਕਿਲੋਗ੍ਰam ਭਾਰ ਵਰਗ ਚ ਸਚੀ ਨੂੰ ਹਰਾ ਕੇ ਸੋਨ ਤਾਮਗਾ ਜਿੱਤਿਆ 49 ਕਿਲੋਗ੍ਰam ਭਾਰ ਵਰਗ ਦੇ ਵਿੱਚ ਦੀਪਕ ਨੇ ਗੋਵਿੰਦ ਕੁਮਾਰ ਨੂੰ ਹਰਾ ਕੇ ਆਪਣੀ ਤਾਕ ਜਮਾਈ ਔਰਤਾਂ ਦੇ 54 ਕਿਲੋਗ੍ਰam ਭਾਰ ਵਰਗ ਚ ਜਮੂਨਾ ਬੋਰੋ ਨੇ ਸੰਧਿਆ ਰਾਣੀ ਨੂੰ ਹਰਾ ਕੇ ਵਿਸ਼ਵ ਚੈਂਪੀਅਨਸ਼ਿਪ ਦੇ ਲਈ ਕੁਆਲੀਫਾਈ ਕੀਤਾ ਮਦਾਂ ਦੇ 69 ਕਿਲੋਗ੍ਰam ਚ ਆਸ਼ੀਸ਼ ਨੇ ਅਤੇ ਔਰਤਾਂ ਦੇ 60 ਕਿਲੋਗ੍ਰam ਭਾਰ ਵਰਗ ਚ ਸਰਿਤਾ ਦੇਵੀ ਨੇ ਸੋਨ ਤਾਮਗਾ ਜਿੱਤਿਆ ਭਾਰਤੀ ਖਿਡਾਰੀਆਂ ਨੇ ਕੱਲ 12 ਤਮਗੇ ਜیتے ਨੇ ਇਸ ਮੁਕਾਬਲੇ 'ਚ ਭਾਰਤ ਨੇ ਕੁੱਲ 57 ਤਮਗੇ ਅਤੇ ਕਬਜ਼ਾ ਜਮਾਇਆ ਹੈ ਆਈਸੀਸੀ ਕ੍ਰਿਕਟ ਵਿਸ਼ਵ ਕੱਪ ਟੀਮ ਇਹ ਤੋਂ ਇੰਗਲੈਂਡ ਤੇ ਵੇਲਜ਼ ਦੇ ਵਿੱਚ ਸ਼ੁਰੂ ਹੋ ਰਿਹਾ ਹੈ ਕਪਤਾਨ ਵਿਰਾਟ ਕੋਹਲੀ ਦੀ ਅਗਵਾਈ ਹੇਠ ਭਾਰਤ ਵਿਸ਼ਵ ਕੱਪ ਦੇ ਵਿੱਚ ਭਾਗ ਲੈਣ ਦੇ ਲਈ ਪਹਿਲਾਂ ਹੀ ਇੰਗਲੈਂਡ ਪਹੁੰਚ ਚੁੱਕਾ ਹੈ ਵਿਸ਼ਵ ਕੱਪ ਦੇ ਇੱਕ ਅਭਿਆਸ ਮੈਚ ਦੇ ਵਿੱਚ ਭਾਰਤ ਦਾ ਟੱਕਰਾ ਅੱਜ ਨਿਊਜ਼ੀਲੈਂਡ ਦੇ ਨਾਲ ਹੋਵੇਗਾ ਵਿਸ਼ਵ ਦਰਜਾਬੰਦੀ ਦੇ ਵਿੱਚ ਇੰਗਲੈਂਡ ਇੱਕ ਤੁਰਜ਼ਾ ਕੁਮਾਂਤਰੀ ਮੈਚਾਂ ਦੇ ਮਾਮਲੇ ਦੇ ਵਿੱਚ ਪਹਿਲੇ ਨੰਬਰ ਤੇ ਚੱਲ ਰਿਹਾ ਹੈ ਜਦਕਿ ਭਾਰਤ ਦੀ ਦਰਜਾਬੰਦੀ ਦੇ ਵਿੱਚ ਦੂਜੀ ਥਾਂ ਹੈ ਪਹਿਲੀ ਵਾਰ ਦਾ ਚੈਂਪੀਅਨ ਆਸਟ੍ਰੇਲੀਆ ਵੀ ਇਸ ਵਾਰ ਦੇ ਵਿਸ਼ਵ ਕੱਪ ਦੇ ਵਿੱਚ ਆਪਣੀ ਸਰਦਾਰੀ ਬਰਕਰਾਰ ਰੱਖਣ ਦੀ ਕੋਸ਼ਿਸ਼ ਕਰੇਗਾ। ਭਾਰਤ ਦੀ ਕ੍ਰਿਕਟ ਟੀਮ 1983 ਤੇ 1911 ਦੇ ਵਿੱਚ ਹੋਏ ਵਿਸ਼ਵ ਕੱਪ ਜਿੱਤ ਚੁਕੀ ਹੈ। ਵਿਸ਼ਵ ਕੱਪ ਦੇ ਵਿੱਚ ਭਾਰਤ ਦਾ ਪਹਿਲਾ ਟਾਕਰਾ 5 ਜੂਨ ਵਾਲੇ ਦਿਨ ਦੱਖਣ ਅਫਰੀਕਾ ਵਿਰੁੱਧ ਹੋਵੇਗਾ। ਵਿਸ਼ਵ ਕੱਪ ਦਾ ਉਦਘਾਟਨੀ ਮੈਚ ਲੰਡਨ ਦੇ ਵਿੱਚ ਇੰਗਲੈਂਡ ਤੇ ਦੱਖਣ ਅਫਰੀਕਾ ਵਿਚਾਲੇ 30 ਜੂਨ ਨੂੰ ਖੇਡਿਆ ਜਾਵੇਗਾ। ਬੁਲੇਟਿਨ ਦੇ ਅਖੀਰ ਦੇ ਵਿੱਚ ਹੋਣਗੀਆਂ ਖਬਰਾਂ। ਇੱਕ ਵਾਰ ਫਿਰ ਤੋਂ ਗੁਜਰਾਤ ਦੇ ਸੂਰਤ ਵਿਖੇ ਇੱਕ ਵੱਡੇ ਇਮਾਰਤੀ ਕੰਪਲੈਕਸ ਵਿੱਚ ਹੋਏ ਅੱਗ ਲੱਗਣ ਦੇ ਹਾਦਸੇ ਵਿੱਚ ਕੋਚਿੰਗ ਲੈਣ ਵਾਲੇ 20 ਵਿਦਿਆਰਥੀਆਂ ਦੀ ਮੌਤ। ਉਪ ਰਾਸ਼ਟਰਪਤੀ ਤੇ ਪ੍ਰਧਾਨ ਮੰਤਰੀ ਨੇ ਘਟਨਾ ਤੇ ਦੁੱਖ ਪ੍ਰਗਟ ਕਰਦਿਆਂ ਮ੍ਰਿਤਕਾਂ ਦੇ ਪਰਿਵਾਰਾਂ ਨਾਲ ਅਫਸੋਸ ਪ੍ਰਗਟ ਕੀਤਾ। ਦਿੱਲੀ ਵਿੱਚ ਅਗਲੀ ਸਰਕਾਰ ਦੇ ਗਠਨ ਲਈ ਅੱਜ ਭਾਜਪਾ ਪਾਰਲੀਮੈਂਟਰੀ ਪਾਰਟੀ ਤੇ ਐਨਡੀਏ ਦੇ ਸੰਸਦ ਮੈਂਬਰਾਂ ਦੀਆਂ ਮੀਟਿੰਗਾਂ ਹੋਣਗੀਆਂ। ਕੈਪਟਨ ਅਮਰਿੰਦਰ ਸਿੰਘ ਨੇ ਨਵਜੋਤ ਸਿੰਘ ਸਿੱਧੂ ਦਾ ਮਹਿਕਮਾ ਬਦਲੇ ਜਾਣ ਦਾ ਸੰਕੇਤ ਦਿੱਤਾ ਹੈ। ਭਗਵੰਤ ਮਾਨ ਦਾ ਕਹਿਣਾ ਹੈ ਕਿ ਪੰਜਾਬ ਦੇ ਵੋਟਰਾਂ ਨੇ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਨੂੰ ਆਖਰੀ ਮੌਕਾ ਦਿੱਤਾ ਹੈ। ਖਾਲਿਸਤਾਨ ਕਮਾਂਡੋ ਫੋਰਸ ਦਾ ਪਗੌੜਾ ਤਵਾਦੀ ਜਲੰਧਰ ਜ਼ਿਲ੍ਹੇ ਵਿੱਚ ਗ੍ਰਿਫਤਾਰ ਪੰਜਾਬ ਵਿਛਾਤਵਾਦ ਨੂੰ ਸੁਰਜੀਤ ਕਰਨ ਸੰਬੰਧੀ ਕੌਮੀ ਜਾਂਚ ਏਜੰਸੀ ਵੱਲੋਂ ਮੁੰਬਈ ਦੇ ਕਾਦਾਲਤ ਵਿੱਚ ਤਿੰਨ ਪਗੌੜਿਆਂ ਸਨੇ ਚਾਰ ਅਤਵਾਦੀਆਂ ਵਿਰੁੱਧ ਦੋਸ਼ ਪੱਤਰ ਦਾਇਰ। ਗੁਹਾਟੀ ਵਿੱਚ ਕਰਵਾਏ ਗਏ ਭਾਰਤ ਦੇ ਦੂਜੇ ਓਪਨ ਕੋਮਾਂਤਰੀ ਮੁਕੇਬਾਜ਼ੀ ਟੂਰਨਾਮੈਂਟ ਵਿੱਚ ਭਾਰਤ ਨੇ ਆਖਰੀ ਦਿਨ ਸੋਨੇ ਦੇ 9 ਸਣੇ ਕੁੱਲ 12 ਤਮਗੇ ਜਿੱਤੇ। ਇਸ ਦੇ ਨਾਲ ਹੀ ਖਬਰਾਂ ਦਾ ਇਹ ਬੁਲੇਟਿਨ ਖਤਮ ਹੋਇਆ। ਇਜਾਜ਼ਤ ਦਿਓ। ਨਮਸਕਾਰ।